ਉਹਨੇ ਦੇਖੋ ਉਹਨੇ ਕਿ ਅੱਜ ਉਹ ਤਾਂ ਆਪਣਾ ਲੇਖਾ ਪੂਰਾ ਕਰਕੇ ਸੰਸਾਰ ਤੋਂ ਚਲੇ ਗਏ ਉਹਨਾਂ ਨੇ ਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਭੇਟ ਕੀਤਾ ਸੰਸਾਰ ਤੋਂ ਰੁਖਸਤ ਹੋ ਕੇ ਸੱਚਖੰਡ ਦੇ ਵਾਸੀ ਬਣ ਗਏ ਗੁਰਦੁਆਰੇ ਵੱਲ ਨੂੰ ਕੋਈ ਵੀ ਇੰਕਲ ਕਰਦਾ ਸਾਰੇ ਸਿੱਖ ਇਕੱਠੇ ਹੋ ਕੇ ਸਿਰ ਦੇਣ ਲਈ ਸਿਰ ਦੇਣ ਲਈ ਤਿਆਰ ਰਹੋ ਕਿ ਪ੍ਰਸ਼ਾਸਨ ਇਹ ਕਿੰਨੀ ਹੈ ਤੁਹਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਤੁਸੀਂ ਕਹਿੰਦੇ ਕਿ ਪਛਾਣ ਕੇ ਪੰਜਾਬ ਦੀ ਸ਼ਾਂਤੀ ਨਹੀਂ ਰਹਿਣੀ ਦੇਖੋ ਪੰਜਾਬ ਸਿੱਖਾਂ ਦਾ ਇੱਕ ਰਾਜ ਹੈ ਇਹ ਸਿੱਖਾਂ ਦਾ ਰਾਜ ਹੈ ਤੁਸੀਂ ਪੰਜਾਬ ਦੇ ਉੱਤੇ ਕਾਬਜ਼ ਹੋ ਗੁਰਦੁਆਰਿਆਂ ਦੇ ਵਿੱਚ ਖਾਲਸਾ ਰਾਜ ਹੈ ਨਾ ਹੁਣ ਜੇ ਗੁਰਦੁਆਰਿਆਂ ਦੀ ਹਾਲਤ ਵੜ ਜੂਗਾ ਫਿਰ ਦੱਸੋ ਕਿਹੜੀ ਸ਼ਾਂਤੀ ਦੀ ਗੱਲ ਕਰਦੇ ਆਪਾਂ ਸ਼ਾਂਤੀ ਦੋ ਤਰਫਾਂ ਹੁੰਦੀ ਇੱਕ ਤਰਫਾਂ ਨਹੀਂ ਹੁੰਦੀ ਸਾਨੂੰ ਕਈ ਜਣਾ ਸ਼ਾਂਤੀ ਰੱਖੋ ਦੂਜੇ ਪਾਸੇ ਨਾਲ ਨੱਥ ਨਹੀਂ ਪਾਉਣੀ ਇਹਨੂੰ ਐਸੀ ਮਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਪ੍ਰਸ਼ਾਸਨ ਦੇ ਕਿਉਂਕਿ ਗੁਰੂ ਨੇ ਸਾਨੂੰ ਇਹ ਕਿਹਾ ਜਦੋਂ ਸਾਰੇ ਵਸੀਲੇ ਮੁੱਕ ਗਏ ਫਿਰ ਤੇਗ ਦੇ ਮੁੱਠੇ ਨੂੰ ਹੱਥ ਪਾਉਣਾ ਧਰਮ ਹੈ ਸਿੱਖ ਦਾ ਫਿਰ ਇਹ ਸੋਚੀ ਜਾਣਾ ਕਿ ਇਹਦਾ ਨਫ਼ਾ ਕੀ ਹੈ ਨੁਕਸਾਨ ਕੀ ਹੈ ਇਹ ਸਿੱਖ ਦਾ ਕੰਮ ਨੀ ਲਾਲਸਾ ਨਫ਼ੇ ਨੁਕਸਾਨ ਦੀ ਪਰਿਭਾਸ਼ਾ ਏਦਾਂ ਨੀ ਕਹਿੰਦਾ ਅਸੀਂ ਲੜਦੇ ਸਾਰੇ ਮਰ ਜਾਈਏ ਤੇ ਗੁਰੂ ਸਾਹਿਬ ਨੇ ਖੰਡੇ ਪਾਟੇ ਦੀ ਕੌਲ ਤਿਆਰ ਕਰਕੇ ਤੇ ਅੱਕ ਦੀ ਰੋਡ ਦਿੱਤੀ ਸੀ ਖਾਲਸਾ ਅੱਕ ਤੋਂ ਪੈਦਾ ਹੋ ਜੂ ਜੇ ਲੜਦਾ ਮਰ ਗਿਆ ਪਰ ਜੇ ਗੁਰੂ ਤੋਂ ਬੇਮੁਖ ਹੋ ਗਿਆ ਗੁਰੂ ਸਾਹਿਬ ਨੇ ਕਿਹਾ ਸੀ ਨਾ ਜਦ ਮੈਂ ਖਾਲਸਾ ਰਹੇ ਮਾਰਾ ਤਦ ਲੱਗ ਤੇਜ ਦੂੰ ਮੈਂ ਸਾਰਾ ਜਦ ਇੱਦਾਂ ਦੇ ਪ੍ਰਵਿਧੀ ਰੀਤ ਮੈਂ ਨਾ ਕਰੂੰ ਕੀ ਪ੍ਰਤੀਕ ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਤੋਂ ਬੇਮੁਖ ਹੋਵਾਂਗੇ ਤੇ ਮਰਾਂਗੇ ਤਲਵਾਰਾਂ ਨਾਲ ਗੋਲੀਆਂ ਨਾਲ ਨਸ਼ੇ ਨਾਲ ਅਸੀਂ ਮਰਦੇ ਤੇ ਖਾਲਸਾ ਤਿਆਰ ਕਰ ਤਿਆਰ ਹੋਵੇ ਮੈਂ ਉਹਦੇ ਹੱਥੀ ਸ਼ਸਤਰ ਹੋਵੇ ਕਿੱਦਾਂ ਉਹਦੇ ਕੋਲ ਪੱਗ ਲਾ ਕੇ ਲੈ ਜੂ ਇਹ ਸਾਲ ਪੈਦਾ ਹੋ ਸਕਦਾ ਕਿੱਦਾਂ ਉਹਦੇ ਸਾਹਮਣੇ ਕੋਈ ਗੁਰੂ ਦੀ ਗਲਤੀ ਕਰ ਜੂਗਾ ਇਹ ਆਪਾਂ ਕਿਉਂ ਮਾਰ ਖਾ ਰਹੇ ਗੁਰੂ ਤੋਂ ਬੇਮੁਖ ਹੋ ਗਏ ਹਾਂ ਮੈਂ ਕੱਲ ਵੀ ਕਿਹਾ ਸੀ ਰਾਜ ਦਿੱਲੀ ਕਿਉਂ ਨੀ ਮੰਗਦੇ ਦਿੱਲੀ ਸਾਨੂੰ ਕਿਉਂ ਨਹੀਂ ਰਾਜ ਦੇ ਰਹੀ ਰਾਜ ਗੁਰੂ ਤੋਂ ਲੈਣਾ ਹੈ ਗੁਰੂ ਤੋਂ ਮੰਗਣਾ ਹੈ ਗੁਰੂ ਦੇ ਦਰ ਤੇ ਅਸੀਂ ਭਿਖਾਰੀ ਹਾਂ ਦੂਜੇ ਦੇ ਦਰ ਤੇ ਅਸੀਂ ਬਾਦਸ਼ਾਹ ਅਸੀਂ ਕਿਤੋਂ ਭੀਖ ਮੰਗਣ ਨਹੀਂ ਜਾਂਦੇ ਗੁਰੂ ਨੇ ਸਾਨੂੰ ਰਾਜ ਕਿੱਦਾਂ ਦੇਣਾ ਜਿਸ ਦਿਨ ਤਿਆਰ ਪਰ ਤਿਆਰ ਹੋ ਗਏ ਜਿਸ ਦਿਨ ਗੁਰੂ ਨੇ ਕਿਹਾ ਸੀ ਨਾ ਖਾਲਸਾ ਮੇਰੇ ਰੂਪ ਹੈ ਖਾਸ ਜਿਸ ਦਿਨ ਉਹਦਾ ਰੂਪ ਬਣ ਕੇ ਜਿਸ ਦਿਨ ਦਾੜੇ ਮੂੰਹ ਤੇ ਹੋਏ ਤੇ ਕੱਲੇ ਮੂੰਹ ਤੇ ਨਹੀਂ ਅੰਦਰ ਦੀ ਗੁਰਸਿੱਖੀ ਦਾ ਜਿਹੜਾ ਪ੍ਰਕਾਸ਼ ਹੋਇਆ ਜਿਸ ਦਿਨ ਅੰਦਰ ਸਾਡੇ ਗੁਰੂ ਵਸ ਗਿਆ ਉਸ ਦਿਨ ਸਾਨੂੰ ਸੰਸਾਰ ਦੀ ਕੋਈ ਤਾਕਤ ਰਾਜ ਕਰਨ ਤੋਂ ਨਹੀਂ ਰੋਕ ਸਕਦੀ ਸੋ ਇੰਨੀਆਂ ਗੱਲਾਂ ਮੈਂ ਖਿਮਾ ਲਗਾ ਚੁੱਕਿਆ ਬਹੁਤ ਬਹੁਤ ਧੰਨਵਾਦ ਸੰਤਾਂ ਦਾ ਜਿਹੜੇ ਇੱਥੇ ਆਏ ਨੇ ਵੱਧ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ